ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰੋ ਕਰੋ ਰਸਨਾ ਨੂੰ ਪਵਿੱਤਰ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸ਼ਬਦ ਦੀ ਸਾਂਝ ਆਪ ਸਭ ਸੰਗਤਾਂ ਦੇ ਨਾਲ ਕਰਨੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਹੱਥੀਂ ਸੇਵਾਵਾਂ ਕੀਤੀਆਂ ਅਤੇ ਤਖ਼ਤ 'ਤੇ ਬੈਠ ਕੇ ਸਮੁੱਚੀ ਮਾਨਵਤਾ ਨੂੰ ਉਹਨਾਂ ਨੇ ਸੇਵਾ ਕਰਨ ਦੀ ਜਾਚ ਦੱਸੀ ਕਿ ਇਸ ਤਰ੍ਹਾਂ ਸੇਵਾ ਕਰ ਜੇ ਗੁਰੂ ਸਾਹਿਬਾਂ ਦੀ ਬਖਸ਼ਿਸ਼ ਪ੍ਰਾਪਤ ਕਰਨੀ। ਉਹਨਾਂ ਨੇ ਬਚਨ ਕੇ ਜਿਵੇਂ ਹਾਥੀ ਦੇ ਸਿਰ 'ਤੇ ਮਹਾਵਤ ਦਾ ਕੁੰਡਾ ਹੁੰਦਾ ਹੈ ਨਾ, ਕਿਉਂਕਿ ਹਾਥੀ ਇੱਕ ਅਮੋੜ ਜਾਨਵਰ ਹੈ, ਪਤਾ ਨਹੀਂ ਕਿੱਧਰ ਨੂੰ ਚੱਲ ਪਵੇ, ਪਰ ਜਦੋਂ ਮਹਾਵਤ ਦਾ ਕੁੰਡਾ ਉਹਦੇ ਸਿਰ 'ਤੇ ਲੱਗਦਾ ਅਤੇ ਫਿਰ ਸਿੱਧਾ ਜਾਂਦਾ। ਦੂਸਰੀ ਉਦਾਹਰਨ ਗੁਰੂ ਸਾਹਿਬ ਜੀ ਨੇ ਦਿੱਤੀ ਹੈ, ਲੁਹਾੜ ਦੇ ਘਰ ਵਿੱਚ ਜਿਵੇਂ ਐਰਨ ਪਈ ਹੁੰਦੀ ਹੈ, ਜੇ ਤਾਂ ਉਹ ਫਾਲੀ ਝੰਡਦਾ ਉਹ ਅਡੋਲ ਟਿੱਕੀ ਰਹਿੰਦੀ ਹੈ, ਕਿੰਨੇ ਸ਼ਸਤਰ ਉਹਦੇ ਘੜੇ ਜਾਂਦੇ ਨੇ, ਕਿੰਨੇ ਹਥੌੜੇ ਉਹਦੇ 'ਤੇ ਚੱਲਦੇ ਨੇ। ਇਹ ਦੋ ਉਦਾਹਰਨਾਂ ਦੇ ਕੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਜਾਚ ਦੱਸੀ ਹੈ ਸੇਵਾ ਦੀ। ਕਹਿੰਦੇ ਇੱਦਾਂ ਆਪਾ ਭਾਵ ਆਪਣਾ ਤਨ ਅਤੇ ਮਨ ਗੁਰੂ ਨੂੰ ਸਮਰਪਣ ਕਰਕੇ ਜਦੋਂ ਸੇਵਾ ਕਰੇਗਾ ਨਾ, ਤਾਂ ਫਿਰ ਤੇਰੀ ਹਉਮੈ ਵੀ ਖਤਮ ਹੋ ਜਾਵੇਗੀ, ਤੈਨੂੰ ਸ੍ਰਿਸ਼ਟੀ ਦਾ ਰਾਜ ਭਾਗ ਵੀ ਪ੍ਰਾਪਤ ਹੋ ਜਾਵੇਗਾ। ਬਚਨ ਨੇ ਹਸਤੀ ਸਿਰ ਜੋ ਅੰਕਸ ਹੈ, ਹਸਤੀ ਦਾ ਅਰਥ ਹਾਥੀ, ਹਸਤੀ ਸਿਰ ਜੋ ਅੰਕਸ ਹੈ, ਅੰਕਸ ਦਾ ਅਰਥ ਕੁੰਡਾ, ਐਹਰਣ ਜੋ ਸਿਰ ਦੇ, ਮਨ ਤਨ ਆਗੈ ਰਾਖਕੈ ਉਹ ਵੀ ਸੇਵ ਕਰੇ। ਐਦਾਂ ਆਪਣਾ ਤਨ ਅਤੇ ਆਪਣਾ ਮਨ ਗੁਰੂ ਦੇ ਅੱਗੇ ਸਮਰਪਣ ਕਰਕੇ ਸੇਵਾ ਕਰ, ਇਉਂ ਗੁਰਮੁਖ ਆਪ ਨਿਵਾਰੀ ਹੈ। ਕਹਿੰਦੇ ਇੱਦਾਂ ਤੇਰੀ ਹਉਮੈ ਫਿਰ ਖਤਮ ਹੋ ਜਾਏਗੀ, ਸਭ ਰਾਜ ਸ੍ਰਿਸ਼ਟ ਕਾਲੇ ਅਤੇ ਸ੍ਰਿਸ਼ਟੀ ਦਾ ਰਾਜ ਭਾਗ ਕਹਿਣ ਤੋਂ ਭਾਵ ਕਿ ਸਦੀਵ ਕਾਲ ਸਾਰੇ ਸੁੱਖ ਜਿਹੜੇ ਤੈਨੂੰ ਦੋਨਾਂ ਲੋਕਾਂ ਦੇ ਪ੍ਰਾਪਤ ਹੋ ਜਾਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਮੇਰੇ ਕੋਲ ਸਮਾਂ ਬਹੁਤਾ ਨਹੀਂ, ਸੋ ਅੱਜ ਦੇ ਸਮਾਗਮ ਵਿੱਚ ਜੋ ਆਪਾਂ ਸਾਰੇ ਇੱਥੇ ਇਕੱਤਰ ਹੋਏ ਹਾਂ, ਪੰਥ ਦੀ ਮਹਾਨ ਸ਼ਖਸੀਅਤ ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ, ਜਿਨ੍ਹਾਂ ਨੇ ਇੱਦਾਂ ਸੇਵਾਵਾਂ ਕੀਤੀਆਂ ਨੇ, ਉਹਨਾਂ ਨੇ ਪੰਥ ਦੀ ਸੇਵਾ ਕੀਤੀ ਹੈ, ਸਭਨਾਂ ਨੂੰ ਨਾਮ ਅਤੇ ਬਾਣੀਆਂ ਜੋੜਿਆ, ਅਤੇ ਉੱਥੇ ਇਹ ਦੁਨਿਆਵੀ ਤੌਰ 'ਤੇ ਇਹ ਜਿਹੜੇ ਅੱਜ ਤੁਸੀਂ ਵੱਡੇ ਵੱਡੇ ਹੋਸਪਿਟਲ ਇਹ ਆ ਦੇਖ ਰਹੇ ਹੋ, ਕਿਉਂਕਿ ਉਹ ਮਹਾਂਪੁਰਖਾਂ ਦੀ ਕਮਾਈ, ਇਹ ਮਹਾਂਪੁਰਖਾਂ ਦੀ ਬੰਦਗੀ, ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਾ ਰਾਮ ਵਸਾ ਮਨ ਮਾਹ, ਕਿਉਂਕਿ ਮਰਦੇ ਨਹੀਂ ਕਦੇ ਹੋ। ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ, ਕਹੋ ਨਾਨਕ ਬਾਹਾਂ ਲੁਡਾਈਏ, ਉਹ ਕਦੀ ਮਰਦੇ ਨਹੀਂ, ਕਿਉਂਕਿ ਉਹ ਸਦਾ ਜਿਉਂਦੇ ਰਹਿੰਦੇ ਨੇ, ਉਹਨਾਂ ਦੀ ਸੋਭਾ ਯੁੱਗ ਯੁੱਗ ਹੋਈ ਕੋਈ ਨਾ ਮੇਟਣ ਹਾਰ। ਸੋ ਜਿਹੜਾ ਬੀਜ ਬੀਜਿਆ ਸੀ ਅੱਜ ਫਲਵਾੜੀ ਜਿਹੜੀ ਤੁਹਾਡੇ ਸਾਹਮਣੇ ਖਿੜ ਰਹੀ ਹੈ। ਸੋ ਬਹੁਤ ਹੀ ਸਤਿਕਾਰਯੋਗ ਭਾਈ ਦਵਿੰਦਰ ਸਿੰਘ ਜੀ ਖਾਲਸਾ ਅਤੇ ਸਾਡੇ ਸਕੱਤਰ ਸਾਹਿਬ ਸਦਾ ਗੁਰਮੀਤ ਸਿੰਘ ਜੀ, ਕਿਉਂਕਿ ਸਮੁੱਚੀ ਇਹ ਟੀਮ ਜਿਹੜੀ ਹੈ ਬਹੁਤ ਵੱਡੇ ਉਪਰਾਲੇ, ਔਰ ਜਿੱਥੇ ਪੰਥ ਦੀਆਂ ਸੇਵਾਵਾਂ ਨਿਸ਼ਕਾਮ ਕੀਰਤਨ ਉੱਥੇ ਇਹ ਵੀ, ਸੋ ਹੋਸਪਿਟਲ ਖੋਲ੍ਹ ਕੇ ਦੁਨਿਆਵੀ ਤੌਰ 'ਤੇ ਗਰੀਬਾਂ ਵਾਸਤੇ ਲੋੜਵੰਦਾਂ ਵਾਸਤੇ ਇਹ ਦਵਾਖਾਨਾ ਵੀ ਬਣਾ ਰਹੇ ਨੇ। ਸੋ ਇਹ ਫਲਵਾੜੀ ਅੱਜ ਖਿਲੜੀ, ਔਰ ਗੁਰੂ ਸਾਹਿਬ ਦੀ ਕਿਰਪਾ ਕਰਨ ਮੈਂ ਬੇਨਤੀ ਕਰਾਂਗਾ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਅਤੇ ਭਾਈ ਗੁਰਮੀਤ ਸਿੰਘ ਜੀ ਸਮੁੱਚੀ ਟੀਮ, ਉਹਨਾਂ ਦੇ ਸਿਰ 'ਤੇ ਹੱਥ ਰੱਖੋ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਕਿਰਪਾ ਕਰਨ, ਪੰਥ ਦੀਆਂ ਸੇਵਾਵਾਂ ਅਤੇ ਸਮਾਜ ਦੀਆਂ ਸੇਵਾਵਾਂ ਗੁਰੂ ਸਾਹਿਬ ਜੀ ਨੂੰ ਬਖਸ਼ਣ। ਧੰਨਵਾਦ ਗੁਰੂ ਸਾਹਿਬਾਂ ਦਾ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਦਾ, ਭਾਈ ਗੁਰਮੀਤ ਸਿੰਘ ਜੀ ਦਾ, ਸਾਰੀਆਂ ਸੰਗਤਾਂ ਦਾ ਧੰਨਵਾਦ। ਫੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।